ਸੀ ਸੁਣ ਰਹੇ ਹੋ ਚਾਵਲਾ نیوز ਨੈਟਵਰਕ ਟੋਰਾਂਟੋ ਸੀਐਨਐਨ ਟੋਰਾਂਟੋ ਦੁਨੀਆ ਭਰ ਦੇ ਵਿੱਚ ਅਕਤੂਬਰ ਨੂੰ ਬ੍ਰੈਸਟ ਕੈਂਸਰ ਜਾਗਰੂਕਤਾ ਮਹੀਨੇ ਦੇ ਰੂਪ ਦੇ ਵਿੱਚ ਬਣਾਇਆ ਜਾ ਰਿਹਾ ਹੈ ਇਸ ਦਾ ਉਦੇਸ਼ ਔਰਤਾਂ 'ਚ ਬ੍ਰੈਸਟ ਕੈਂਸਰ ਦੇ ਵਾਧੇ ਦੇ ਮਾਮਲਿਆਂ ਨੂੰ ਦੇਖਦੇ ਹੋਏ ਲੋਕਾਂ ਨੂੰ ਜਾਗਰੂਕ ਕਰਨਾ ਹੈ ਬ੍ਰੈਸਟ ਕੈਂਸਰ ਐਸਾ ਦਾ ਕੈਂਸਰ ਦਾ ਨਾਮ ਹੀ ਬੜਾ ਭਿਆਨਕ ਹੈ ਬ੍ਰੈਸਟ ਕੈਂਸਰ ਇੱਕ ਅਜਹੀ ਬਿਮਾਰੀ ਹੈ ਜਿਸ ਦੇ ਮਾਮਲੇ ਭਾਰਤ ਦੇ ਵਿੱਚ ਵੀ ਹਰ ਸਾਲ ਵਧਦੇ ਹਨ ਆਮ ਤੌਰ ਤੇ ਬ੍ਰੈਸਟ ਕੈਂਸਰ ਨੂੰ ਸਿਰਫ ਲੇਡੀਜ਼ ਪਾਔਰਤਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਪਰ ਸਚਾਈ ਯਾਰੋ ਇਹ ਹੈ ਕਿ ਪੁਰਸ਼ ਵੀ ਇਸ ਗੰਭੀਰ ਬਿਮਾਰੀ ਦੀ ਲਪੇਟ ਚ ਆ ਸਕਦੇ ਹਨ ਹਾਲਾਂਕਿ ਬ੍ਰੈਸਟ ਕੈਂਸਰ ਪੁਰਸ਼ਾਂ ਦੇ ਮੁਕਾਬਲੇ ਲੇਡੀਜ਼ ਔਰਤਾਂ ਦੇ ਵਿੱਚ ਜ਼ਿਆਦਾ ਆਮ ਮੰਨਿਆ ਜਾਂਦਾ ਹੈ ਨਾਲ ਹੀ ਔਰਤਾਂ ਦੇ ਮੁਕਾਬਲੇ ਪੁਰਸ਼ਾਂ 'ਚੋ ਬ੍ਰੈਸਟ ਟਿਸ਼ੂ ਦੀ ਮਾਤਰਾ ਵੀ ਕਾਫੀ ਘਟਦੀ ਪਰ ਇਸ ਦਾ ਮਤਲਬ ਖੋਜ ਕਹਿੰਦੀ ਹੈ ਕਿ ਇਹ ਨਹੀਂ ਹੈ ਕਿ ਪੁਰਸ਼ਾਂ ਨੂੰ ਬ੍ਰੈਸਟ ਕੈਂਸਰ ਨਹੀਂ ਹੋ ਸਕਦਾ ਕਿ ਮਰਦਾਂ ਨੂੰ ਬੈਸਟ ਕੈਂਸਰ ਨਹੀਂ ਹੋ ਸਕਦਾ ਅੰਕੜੇ ਦੇਖਿਏ ਤਾਂ ਰਿਪੋਰਟ ਮੁਤਾਬਕ ਹਰ ਸਾਲ 1% ਤੋਂ ਜ਼ਿਆਦਾ ਤੋਂ ਵੀ ਘੱਟ ਪੁਰਸ਼ਾਂ ਨੂੰ ਬੈਸਟ ਕੈਂਸਰ ਹੁੰਦਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਨਹੀਂ ਹੋ ਸਕਦਾ ਅਜਿਹੇ ਵਿੱਚ ਸਾਨੂੰ ਉਨ੍ਹਾਂ ਕਾਰਨਾਂ ਤੇ ਇੱਕ ਵਾਰ ਫਿਰ ਗੌਰ ਫਰਮਾਉਣੀ ਚਾਹੀਦੀ ਹੈ ਜਿਹੜੇ ਬੈਸਟ ਕੈਂਸਰ ਦਾ ਜੋਖਮ ਵਧਾ ਸਕਦੇ ਹਨ ਆਖਰ ਜਾਣਕਾਰੀ ਹੀ ਬਚਾ ਹੈ ਹੈ ਨਾ ਗੱਲ ਤਾਂ ਵੱਡਿਆ ਤੇ ਦੋਸਤੋ ਅੱਜ ਜੋ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਬੈਸਟ ਕੈਂਸਰ ਦੌਰਾਨ ਸਾਡੇ ਤੁਹਾਡੇ ਸਰੀਰ ਵਿੱਚ ਮਰਦਾਂ ਦੇ ਸਰੀਰ ਵਿੱਚ ਹੋਣ ਵਾਲੇ ਬਦਲਾਅ ਜਾਣੀ ਇਸ ਨਾਲ ਜੁੜੇ ਸੰਕੇਤ ਜਿਨ੍ਹਾਂ ਨੂੰ ਦੁਖਦੇ ਹੀ ਤੁਹਾਨੂੰ ਆਪਣੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਭਾਵੇਂ ਤੁਹਾਡੇ ਸਰੀਰ ਦੇ ਵਿੱਚ ਜੇ ਲੱਛਣ ਤੁਹਾਨੂੰ ਦਿਖਾਈ ਦਿੰਦੇ ਹਨ ਤਾਂ ਜਰੂਰ ਜਿਹੜੇ ਮੈਂ ਪੜ੍ਹਨ ਲੱਗਾ ਹਾਂ ਗੌਰ ਨਾਲ ਸੁਣਨਾ ਤੇ ਗਾ ਵੀ ਪਚਾ ਦੇਣਾ ਕਰਪਲਾ ਸੋਹੋਪਲਾ ਪੁਰਸ਼ਾਂ 'ਚ ਉਹ ਬ੍ਰੈਸਟ ਕੈਂਸਰ ਦਾ ਲੱਛਣ ਨੰਬਰ 1 ਛਾਤੀ ਜਿਹੜਾ ਸਾਡਾ ਸਰੀਰ ਹੈ ਸਾਡੀ ਜਿਹੜੀ ਛਾਤੀ ਹੈ ਛਾਤੀ 'ਚ ਗੰਢ ਇਨ੍ਹਾਂ ਗੰਢਾਂ 'ਚੋਂ ਅਕਸਰ ਦਰਦ ਨਹੀਂ ਹੁੰਦਾ ਇਸ ਲਈ ਬ੍ਰੈਸਟ ਕੈਂਸਰ ਜੋ ਇਸ ਦੀ ਹੋਣ ਬਾਰੇ ਪਤਾ ਨਹੀਂ ਲੱਗਦਾ ਇਸ ਲਈ ਬ੍ਰੈਸਟ ਨੂੰ ਆਸ-ਪਾਸ ਦੀ ਏਰੀਆ ਦੀ ਨਿਯਮਤ ਰੂਪ ਚ ਜਾਂਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਤੁਹਾਨੂੰ ਖੁਦ ਛੂਕੇ ਪ੍ਰੀਖਣ ਕਰਨਾ ਪਵੇਗਾ ਆਮ ਤੌਰ ਤੇ ਪੁਰਸ਼ ਸਾਤ ਛਾਤੀ ਤੇ ਕਿਸੇ ਵੀ ਤਰ੍ਹਾਂ ਦੀ ਗੰਢ ਨੂੰ ਅੰਗੋਲੀਆਂ ਕਰ ਦਿੰਦੇ ਹਨ ਅਜਾਹ ਨਾ ਕਰਿਓ ਰਿਪੋਰਟ ਕਹਿੰਦੀ ਹੈ ਕਿਉਂਕਿ ਇਹ ਬ੍ਰੈਸਟ ਕੈਂਸਰ ਦਾ ਲੱਛਣ ਹੋ ਸਕਦਾ ਹੈ ਕੈਂਸਰ ਜਿਵੇਂ ਜਿਵੇਂ ਵਧੇਗਾ ਉਸ ਸਾਈਡ ਲਿਮ ਨੂਡਸ ਤੇ ਕਾਲਰ ਬੋਨ ਦੀ ਹੱਡੀ ਦੇ ਆਸ-ਪਾਸ ਤੱਕ ਫੈਲ ਜਾਵੇਗਾ ਸੋ ਨੰਬਰ 1 ਇਹ ਇੱਕ ਜਿਹੜਾ ਹੈ ਲੱਛਣ ਹੈ ਨਿਪਲ ਦੀ ਸ਼ੇਪ ਬਦਲਣਾ ਸੋ ਸਾਡੇ ਸਰੀਰ ਦੇ ਤੇ ਮਰਦਾਂ ਦੀ ਛਾਤੀ ਤੇ ਵੀ ਨਿਪਲ ਹਨ ਬ੍ਰੈਸਟ ਵਿੱਚ ਜੇਕਰ ਟਿਊਮਰ ਹੈ ਤਾਂ ਉਸ ਦੇ ਵਧ ਨਾਲ ਬ੍ਰੈਸਟ ਅੰਦਰਲਾ ਲਿਗਾਮੈਂਟ ਤੋਂ ਖਿंचा ਪੈਦਾ ਹੁੰਦਾ ਹੈ ਉਹ ਲਿਗਾਮੈਂਟ ਦੇ ਵਿੱਚ ਅਜਿਹੇ ਵਿੱਚ ਨਿਪਲ ਅੰਦਰ ਵੱਲ ਤਸਨ ਲੱਗਦੀ ਹੈ ਤੇ ਉਸ ਦੀ ਸ਼ੇਪ ਵਿਗੜ ਜਾਂਦੀ ਹੈ ਇਹ ਲੱਛਣ 2 ਹਨ ਨੰਬਰ 3 ਨਿੱਪਲ ਡਿਸਚਾਰਜ ਇਹਨੂੰ ਬੜੇ ਧਿਆਨ ਨਾਲ ਸੁਣਨਾ ਜੇਕਰ ਤੁਹਾਨੂੰ ਆਪਣੀ ਸ਼ਰਟ ਕਮੀਜ਼ ਤੇ ਅਕਸਰ ਕਿਸੇ ਤਰ੍ਹਾਂ ਦਾ ਦਾਗ ਨਜ਼ਰ ਆਉਂਦਾ ਹੈ ਤਾਂ ਚੌਕਸ ਹੋ ਜਾਓ ਚੌਕਸ ਚੁੱਕੰਨੀ ਹੋ ਜਾਓ ਸਾਵਧਾਨ ਹੋ ਜਾਓ ਜੇਕਰ ਮਰਦਾ ਨੂੰ ਆਪਣੀ ਸ਼ਰਟ ਤੇ ਅਕਸਰ ਕਿਸੇ ਤਰ੍ਹਾਂ ਦਾ ਦਾਗ ਨਜ਼ਰ ਆਉਂਦਾ ਹੈ ਤਾਂ ਸੁਚੇਤ ਹੋ ਜਾਓ ਚੌਕਸ ਹੋ ਜਾਓ ਸਾਵਧਾਨ ਹੋ ਜਾਓ ਇਹ ਵੀ ਹੋ ਸਕਦਾ ਹੈ ਕਿ ਇਹ ਚਾਹ ਜਾਂ ਕਾਫੀ ਦਾ ਹੋਵੇ ਚਾਹ ਜਾਂ ਕਾਫੀ ਦਾ ਹੋ ਸਕਦਾ ਹੈ ਪਰ ਜੇ ਤੁਹਾਨੂੰ ਪਤਾ ਹੈ ਕਿ ਮੇਰੇ ਦੀ ਚਾਹ ਡਿੱਗੀ ਹੈ ਕਾਫੀ ਡਿੱਗੀ ਹੈ ਪਰ ਜੇਕਰ ਇਹ ਹਰ ਵਾਰ ਇੱਕੋ ਪਾਸੇ ਨਜ਼ਰ ਆਉਂਦਾ ਹੈ ਵਨ ਸਾਈਡ ਤਾਂ ਇਹ ਨਿਪਲ ਡਿਸਚਾਰਜ ਦਾ ਸੰਕੇਤ ਹੋ ਸਕਦਾ ਹੈ ਅਜਿਹਾ ਟਿਊਮਰ ਦੇ ਡਿਸਚਾਰਜ ਕਾਰਨ ਹੁੰਦਾ ਹੈ ਜੋ ਨਿੱਪਲ ਜਰੀਏ ਬਾਹਰ ਆਉਂਦਾ ਸੋ ਤਿੰਨ ਲੱਛਣ ਦਿੱਤੇ ਨੇ ਰੱਬ ਨਾ ਕਰੇ ਅਜਿਹਾ ਕੋਈ ਲੱਛਣ ਤੁਹਾਨੂੰ ਤੁਹਾਡੇ ਉੱਤੇ ਦਿਖਾਈ ਦਿੰਦਾ ਤੋ ਇਹ ਲਿਖਦਾ ਜਿਹੜਾ ਕਾਬਲ ਨੀ ਗੁਰ ਲਫਜ਼ ਨੋਟ ਕਰਿਓ ਕਿ ਜਿਗਰ ਜੋਗ ਸਲਾਹ ਤੇ ਸੁਝਾਅ ਸਿਰਫ ਆਮ ਜਾਣਕਾਰੀ ਵਾਸਤੇ ਪੜੀ ਗਈ ਹੈ ਦੇ ਉਦੇਸ਼ ਲਈ ਇਹ ਹੈ ਕਿ ਇਹਨਾਂ ਨੂੰ ਪੇਸ਼ੇਵਾਰ ਮਾਹਰ ਦੇ ਰੂਪ ਦੇ ਵਿੱਚ ਨਾ ਲਿਓ ਕਿ ਇਹ ਜੋ ਮੈਂ ਕਹਿ ਦਿੰਦਾ ਉਹ ਸਾਚੀ ਹੈ ਕੋਈ ਵੀ ਸਵਾਲ ਜਾਂ ਪਰੇਸ਼ਾਨੀ ਤੁਹਾਨੂੰ ਹੋਵੇ ਤਾਂ ਆਪਣੇ ਡਾਕਟਰ ਨਾਲ ਸਲਾਹ ਜ਼ਰੂਰ ਕਰ ਲਿਓ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਸੀਐਨਐਨ ਟੋਰਾਂਟੋ